सो अज असी जिहड़ा मिनिमम टैंपरेचर रिकॉर्ड किया जी 6 डिग्री सेंटीग्रेड रिकॉर्ड किया। सो ये कंडीशनज ऑलमोस्ट नॉर्मल ही ने जी, साढ़े कोल हैगे ने पिछले 30 साल के रिकॉर्ड, उहदे नाल ही ये मैच कर रही ने। हर साल असी इस तरह दी कंडीशनज ऑलमोस्ट ऑबजर्व करते हैं। ਅਸੀਂ ਇਹਨੂੰ ਕੁਛ ਕਲਾਈਮੇਟ ਚੇਂਜ ਨਾਲ ਰਿਲੇਟ ਕਰ ਸਕਦੇ ਹਾਂ, ਪੋਲਿਊਸ਼ਨ ਲੈਵਲਸ ਵਧੇ ਹੋਏ ਆ, ਵਾਰਮਿੰਗ ਹੋ ਰਹੀ ਆ, ਸੋ ਉਹਦੇ ਨਾਲ ਇਹ ਸਾਰੀਆਂ ਚੇਂਜਿਸ ਰਿਲੇਟਡ ਨੇ। ਫਸਲਾਂ ਲਈ ਇਹ ਬੜੀਆਂ ਨੋਰਮਲ ਕੰਡੀਸ਼ਨਸ ਆ ਜੀ। ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਨੋਰਮਲ ਚੱਲ ਰਹੀਆਂ ਨੇ, ਜਿਹੜੀਆਂ ਰੱਬੀ ਦੀਆਂ ਕ੍ਰੋਪਸ ਹੁੰਦੀਆਂ ਨੇ ਉਹਨਾਂ ਨੂੰ ਕੂਲਿੰਗ ਦੀ ਬੜੀ ਜ਼ਰੂਰਤ ਹੁੰਦੀ ਆ। ਭਵਨੀਤ ਕੌਰ ਕਿੰਗਰਾ, ਹੈੱਡ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮੈਟਰੋਲੋਜੀ। ਅੱਛਾ, ਮੌਸਮ ਕਿਵੇਂ ਦਾ ਰਹੇਗਾ ਜੀ, ਕਿਉਂਕਿ ਇਹ ਇੱਕਦਮ ਸੰਘਣੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ, ਸ਼ੀਤ ਲਹਿਰ ਪੈ ਰਹੀ ਹੈ ਜੀ, ਇਹ ਕਾਰਨ ਕੀ ਹੈ ਕਿ ਇੱਕਦਮ ਜਿਹੜਾ ਮੌਸਮ ਹੈ ਉਸਨੇ ਕਰਵਟ ਬਦਲੀ? ਬਿਲਕੁਲ ਜੀ, ਹੁਣ ਅੱਜ ਕੱਲ੍ਹ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਚੱਲ ਰਹੀਆਂ ਨੇ, ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਆਉਣ ਵਾਲੇ 4-5 ਦਿਨਾਂ ਵਿੱਚ ਵੀ ਰਹਿਣ ਦੀ ਪ੍ਰੀਡਿਕਸ਼ਨ ਹੈਗੀ ਆ। ਸੋ ਅੱਜ ਅਸੀਂ ਜਿਹੜਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਜੀ 6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਦੋਂ ਕਿ ਨੋਰਮਲ ਅੱਜ ਦਾ 5.3 ਡਿਗਰੀ ਸੈਂਟੀਗ੍ਰੇਡ ਹੈਗਾ। ਸੋ ਇਹ ਆਲਮੋਸਟ ਨੋਰਮਲੀ ਅਸੀਂ ਕਹਿ ਸਕਦੇ ਹਾਂ ਕਿ ਮੈਕਸੀਮਮ ਔਰ ਮਿਨੀਮਮ ਟੈਂਪਰੇਚਰ ਚੱਲ ਰਿਹਾ, ਜਿਵੇਂ ਕੱਲ੍ਹ ਦਾ ਮੈਕਸੀਮਮ 17.6 ਡਿਗਰੀ ਸੀਗਾ, ਜਦੋਂ ਕਿ ਨੋਰਮਲ 17.7 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਕੰਡੀਸ਼ਨਸ ਆਲਮੋਸਟ ਨੋਰਮਲ ਹੀ ਨੇ ਜੀ, ਜਿਹੜੇ ਨੋਰਮਲ ਸਾਡੇ ਕੋਲ ਹੈਗੇ ਨੇ ਪਿਛਲੇ 30 ਸਾਲ ਦੇ ਰਿਕਾਰਡ, ਉਹਦੇ ਨਾਲ ਹੀ ਇਹ ਮੈਚ ਕਰ ਰਹੀਆਂ ਨੇ। ਸੋ ਇਹ ਕੋਲਡ ਵੇਵ ਦਾ ਇਹ ਪੀਰੀਅਡ ਹੀ ਹੈਗਾ, ਇਹ ਹਰ ਸਾਲ ਅਸੀਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਲਮੋਸਟ ਓਬਜ਼ਰਵ ਕਰਦੇ ਹਾਂ। ਪਰ ਇੱਕ ਗੱਲ ਹੈ ਜੀ, ਮੇਰਾ ਸਵਾਲ ਪਹਿਲੇ ਵੀ ਸੀ ਤੁਹਾਡਾ ਕਿ ਠੰਡ ਨੇ ਲੇਟ ਦਸਤਕ ਦਿੱਤੀ ਹੈ, ਹਨਾ, ਹੁਣ ਇੱਕਦਮ ਇਹ ਠੰਡ ਨੇ ਜ਼ੋਰ ਫੜਿਆ, ਪਹਿਲੇ ਧੁੱਪ ਚੜ੍ਹਦੀ ਰਹੀ ਵਿੱਚੋਂ, ਇਹ ਕਾਰਨ ਕੀ ਹੈ ਸਰ? ਇਹ ਜੀ, ਇਹ ਜਿਹੜੀ ਵੇਰੀਏਬਿਲਿਟੀ ਆ, ਅਸੀਂ ਹਰ ਸਾਲ ਹੀ ਓਬਜ਼ਰਵ ਕਰਦੇ ਹਾਂ, ਥੋੜ੍ਹੇ ਜਿਹੇ ਪੈਟਰਨਸ ਵਿੱਚ ਚੇਂਜਿਸ ਬਹੁਤ ਹੋ ਰਹੀਆਂ ਨੇ, ਜਿਵੇਂ ਅਸੀਂ ਐਕਸਟ੍ਰੀਮ ਈਵੈਂਟਸ ਵੀ ਕਹੀਏ, ਬਹੁਤ ਕੋਲਡ ਵੀ ਬਹੁਤ ਹੌਟ ਵੀ, ਉਹ ਵੀ ਵੱਧ ਰਹੀਆਂ ਨੇ ਗਲੋਬਲੀ ਹੀ। ਸੋ ਇਹ ਵੇਰੀਏਬਿਲਿਟੀ ਅਸੀਂ ਇਹਨੂੰ ਕੁਛ ਕਲਾਈਮੇਟ ਚੇਂਜ ਨਾਲ ਰਿਲੇਟ ਕਰ ਸਕਦੇ ਹਾਂ, ਪੋਲਿਊਸ਼ਨ ਲੈਵਲਸ ਵਧੇ ਹੋਏ ਆ, ਵਾਰਮਿੰਗ ਹੋ ਰਹੀ ਆ, ਸੋ ਉਹਦੇ ਨਾਲ ਇਹ ਸਾਰੀਆਂ ਚੇਂਜਿਸ ਰਿਲੇਟਡ ਨੇ ਜਿਹੜੀਆਂ ਹੋ ਰਹੀਆਂ ਨੇ। ਅਤੇ ਪਿਛਲੇ ਅਸੀਂ ਕੁਛ ਸਾਲਾਂ ਤੋਂ ਹੀ ਓਬਜ਼ਰਵ ਕਰ ਰਹੇ ਹਾਂ ਕਿ ਜਿਹੜੇ ਪੈਟਰਨਸ ਨੇ ਥੋੜ੍ਹੇ ਜਿਹੇ ਚੇਂਜ ਹੋਏ ਨੇ, ਜਿਵੇਂ ਪਹਿਲਾਂ ਡਿਸੰਬਰ ਦੇ ਸਟਾਰਟਿੰਗ 'ਚ ਹੀ ਅਸੀਂ ਇਹੋ ਜਿਹੀਆਂ ਕੰਡੀਸ਼ਨਸ ਓਬਜ਼ਰਵ ਕਰਦੇ ਹੁੰਦੇ ਸੀ, ਜਦੋਂ ਕਿ ਹੁਣ ਇਹ ਲੇਟ ਚੱਲ ਰਹੀਆਂ ਨੇ, ਇਹ ਪੈਟਰਨਸ ਹੀ ਚੇਂਜ ਹੋਏ ਹੋਏ ਨੇ ਥੋੜ੍ਹੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿਰ ਕਿਵੇਂ ਰਹੇਗਾ, ਇਹ ਸੰਘਣੀ ਧੁੰਦ ਦਾ, ਠੰਡ ਦਾ? ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਆਉਣ ਵਾਲੇ 4-5 ਦਿਨ ਨੇ, ਉਹਨਾਂ ਦੇ ਵਿੱਚ ਹਲੇ ਇਸ ਤਰ੍ਹਾਂ ਹੀ ਕੋਲਡ ਵੇਵ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਬਣੇ ਰਹਿਣ ਦੀ ਪ੍ਰੀਡਿਕਸ਼ਨ ਹੈਗੀ ਹੈ ਜੀ। ਫਸਲਾਂ ਦੇ ਲਈ ਕਿੰਨਾ ਫਾਇਦੇਮੰਦ ਹੈ ਮੈਡਮ, ਕਿਉਂਕਿ ਹਰ ਵਾਰੀ ਅਸੀਂ ਸਵਾਲ ਕਰਦੇ ਹਾਂ ਕਿਹੜੀ ਕਿਹੜੀ ਫਸਲ ਲਈ? ਫਸਲਾਂ ਲਈ ਇਹ ਬੜੀਆਂ ਨੋਰਮਲ ਕੰਡੀਸ਼ਨਸ ਆ ਜੀ, ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਨੋਰਮਲ ਚੱਲ ਰਹੀਆਂ ਨੇ, ਜਿਹੜੀਆਂ ਰੱਬੀ ਦੀਆਂ ਕ੍ਰੋਪਸ ਹੁੰਦੀਆਂ ਨੇ ਉਹਨਾਂ ਨੂੰ ਕੂਲਿੰਗ ਦੀ ਬੜੀ ਜ਼ਰੂਰਤ ਹੁੰਦੀ ਆ, ਕਿਉਂਕਿ ਉਹ ਲੋਅ ਟੈਂਪਰੇਚਰ ਨੂੰ ਹੀ ਅਡੈਪਟਡ ਹੁੰਦੀਆਂ ਨੇ। ਸੋ ਜਿਹੜੀਆਂ ਮੇਨ ਰੱਬੀ ਕ੍ਰੋਪਸ ਨੇ ਉਹਨਾਂ ਲਈ ਇਹ ਨੋਰਮਲ ਕੰਡੀਸ਼ਨਸ ਨੇ, ਬਿਲਕੁਲ ਠੀਕ ਹੈਗੀ ਆ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ। ਹਾਂਜੀ, ਕੁਝ ਸਬਜ਼ੀਆਂ ਦੀਆਂ ਫਸਲਾਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਸੈਂਸਿਟਿਵ ਹੁੰਦੀਆਂ ਨੇ, ਸੋ ਉਹਨਾਂ ਦਾ ਜ਼ਰੂਰ ਧਿਆਨ ਰੱਖਣ ਦੀ ਲੋੜ ਆ, ਬਟ ਅਦਰਵਾਈਜ਼ ਜਿਹੜੀਆਂ ਰੱਬੀ ਦੀਆਂ ਫੀਲਡ ਕ੍ਰੋਪਸ ਨੋਰਮਲ ਨੇ, ਉਹਨਾਂ ਲਈ ਇਹ ਕੰਡੀਸ਼ਨਸ ਠੀਕ ਨੇ।